ਚਲੋ ਪੁਆਇਆ ਜਿਹੜੇ ਬੰਦੇ ਨੂੰ ਬਾਬਾ ਸੀ ਰਿਹਾ ਹੀ ਸਾਹਿਬ ਜੀ ਪੁੰਨੀ ਹੋਏ ਜਾਂ ਬਾਦੀ ਹੋਏ ਨਿੰਮ ਦੇ ਦਕੂਨੇ ਨਹੀਂ ਲੈਣੇ ਜੀ ਨਿੰਮ ਦੇ ਦਕੂਨੇ ਦਰਕੂਨੇ ਸਾਹਿਬ ਸੈਡ ਹੋ ਗਿਆ ਵੀ ਸਿਗਰਟ ਬਣਦਾ ਮੈਂ ਤੇਰਾ ਮੂਵੀ ਖਰਾਬ ਨਾ ਕਰ ਯਾਰ ਇੱਧਰ ਹੋ ਗਿਆ ਮੂਵੀ ਬਣਨ ਦੇ ਮਾਣਾ ਬੰਦੇ ਨੂੰ ਬੁਲਵਾ ਨਾਲ ਹੁਸੈਨ ਹੁਸੈਨ ਮੇਰੇ ਜੂ ਤੇ ਮੈਂ ਹੁਸੈਨ ਫਿਰ ਸੈਦ ਅੰਬੀਆ ਦਾ ਫਰਮਾਨ ਹੈ ਆ ਨਾ ਮਦੀਨਾ ਤੋਂ ਇਲਮਨ ਵਾ ਅਲੀ ਨੂੰ ਬਾਹੋ ਮੈਂ ਮੁਹੰਮਦ ਇਲਮ ਦਾ ਸ਼ਹਿਰ ਅਲੀ ਇਬਨ ਅਬੀ ਤਾਲਿਬ ਦਾ ਬਾਦ ਜਦੋਂ ਵੀ ਸਾਹਬ ਇਕਰਾਮ ਰਜ਼ਵਾਨ ਅੱਲਾਹ ਤਾਲਾ ਦਾ ਹੈ ਜਮਾਈਲ ਨੂੰ ਮੁਸੀਬਤ ਜ਼ਦਾ ਹੋਏ ਨੇ ਕੋਈ ਵੀ ਪਰੇਸ਼ਾਨੀ ਹੋਏ ਨੇ ਜਾਂ ਹਜ਼ਰਤ ਉਮਰ ਫਰਮਾਉਂਦੇ ਨੇ ਕਿ ਅਗਰ ਅੱਜ ਅਲੀ ਨਾ ਹੋਤੇ ਤਾਂ ਚਲੋ ਸਰ ਜੀ ਹਾਂਜੀ ਮੇਰੇ ਵਾਲ ਸਾਹਿਬ ਇੰਸਪੈਕਟਰ ਸੰਗਰਾਲ ਮੇਰਾ ਵੱਡਾ ਭਾਈ ਏ ਐਸ ਆਈ ਉਹ ਛੱਡ ਕੇ ਏਰੀਆ ਮੈਨੇਜਰ ਹੋ ਗਿਆ ਮੇਰੇ ਦੋ ਭਾਈ ਫਿਰ ਸ਼ਹੀਦ ਹੋਏ ਸਬ ਇੰਸਪੈਕਟਰ ਦੇ ਕੰਸਟੇਬਲ ਹੋਏ ਨਵੇਂ ਨਵੇਂ ਜੀ ਜੀ ਉਹ ਰਾਜ ਕੋਈ ਸ਼ੱਕ ਨਹੀਂ ਸਾਡੇ ਇਹਨਾਂ ਨੂੰ ਲਿਖ ਲਓ ਤੁਹਾਡੇ ਗਾ ਸਾਡੇ ਕੋਲ ਵੇਖੋ ਆਇਆ ਨਾ ਵੇਖੋ ਕਿਸੇ ਦਾ ਪੇਸ਼ਾ ਇੱਕ ਬੰਦਾ ਹੁੰਦਾ ਸੀ ਸਾਡਾ ਮਾਸਟਰ ਕਰਦਾ ਸੀ ਰੇਡੀ ਉਹ ਸੀ ਮਲ ਕਮਾਨ ਜੀ 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 ਚਲੋ ਤਰੀਕ ਨੂੰ ਸੱਦੇ ਜੋ ਸਭ ਤੁਸੀਂ ਇਗਨੋਰ ਨਹੀਂ ਨਾ ਕਰ ਤਰੀਕ ਨੂੰ ਠੀਕ ਇਹਨਾਂ ਦਾ ਨਾ ਤੀਸਰਾ ਦਾਦਾ ਉਹ ਹੀ ਸਾਂ ਜੀ ਜੀ ਬਿਲਕੁਲ ਬਿਲਕੁਲ ਵੇਖੋ ਜੀ ਬੜੀ ਬਾਤ ਹੈ ਕਿ ਇੱਕ ਬੰਦਾ ਮਾਰ ਸਕਿਆ ਬਾਗ ਦੇ ਅੰਦਰ ਨਾ ਹੁਸੈਨ ਤੇਰੇ ਲਹੂ ਕੀ ਖੁਸ਼ਬੂ ਫਲਕ ਕੇ ਦਾਮਨ ਸੇ ਆ ਰਹੀ ਹੈ ਹੁਸੈਨ ਤੇਰੇ ਲਹੂ ਕੀ ਖੁਸ਼ਬੂ ਫਲਕ ਕੇ ਦਾਮਨ ਸੇ ਆ ਰਹੀ ਹੈ ਜੇ ਨਹਾਕੇ ਖੂਨ ਛੁਪੇਗਾ ਕੈਸੇ ਜਿਸੇ ਜੇ ਦੁਨੀਆ ਛੁਪਾ ਸਤ ਮਕਸਦ ਹੈ ਕਿ ਮਾਰਫਤ ਹੈ ਮੁਹੰਮਦ ਔਰ ਆਲੇ ਮੁਹੰਮਦ ਸਾਰੇ ਪੂਰੇ ਕੁਰਾਨ ਦੀ ਜੋਰ ਸਾਹਿਬ ਅੱਲਾ ਨੇ ਇੱਕੋ ਦਫਾ ਕੇ ਐਰ ਸੂ ਮੁਬਾਲੇ ਆਲੇ ਦੇ ਆ ਹਰੀ ਹਜਤ ਅਲਵਦਾ ਐਰ ਸੂ
اگر تم نے میرا یہ کام نہ کیا تو تم نے میری رسالت کا کوئی کام نہ کیا۔ پنجاد وہ بات میں اللہ نے امامت چل رہی ہے، نبوت نو اللہ نے محفوظ کر لیا سید الانبیاء تک صلی اللہ علیہ وسلم، امامت چل رہی ہے۔ بخاری شریف کی حدیث ہے کہ جس نے اپنے وقت کے امام کو نہ پہچانا وہ جاہلیت کی موت مر گیا۔ امام وہ نظر تھا تو انہوں نے اہدا بھی پوری دنیا دا محور سینٹر کیڑی جگہ ہے؟ مولا مدکیاں نے یہ آکھیا نے میٹر ہے، نے میٹر مولا نے فرمایا کعبہ دا سینٹر ہے پوری دنیا دا، مرکز جڑا ہے انوں چاروں طرف جے تو ناپو کے کھولو گے مرکز والا سینٹر جڑا ہے نا او پرکار والا او مکہ ہے کعبہ۔ آل برونی نے سارا انجو دے تے تحقیق کیتی ہے، کافی سال تحقیق کرتا رہیا او دا طول عرض ضرب کڈ کے جدو پہنچتا ہے تو نہ گائی برابر فرق ہوتا ہے، آئنسٹائن ایک چوئی سب اور جگہ ایک پتہ نہیں تو کل ایک لاکھ 24,000 روپیہ تھا دو بجے شکیر مولا حسین علیہ السلام دو چار ہوئے بیٹھے بورڈ دیا ہاں علی دے ہاتھ تے سارے جنے مصطفیٰ صلی اللہ علیہ وسلم آپ صلی اللہ علیہ وسلم نماز پڑھا لگا سن تے ایک کوئی ہو جی آیا سن پڑھا کم انہوں نے سوال کی تا دے اپ نے کھلوتے ہیں کھلوتے ہیں جواب دے رہے تھے میرے ذہن چ نہیں کیڑی چیز بچے دے کیڑی آنے دے اور بڑیاں چیزاں نے کہ آپ نے اینج کر کے نا اینج کر کے سارا وہ اتنا ماجی پلوان جو پی ہونے
ਦੇਖ ਲਈ ਸਰ ਤੁਸੀਂ ਨਹਿਜੁਲ ਬਲਾਗਾ ਕਿਤਾਬ ਕਦੀ ਪੜ੍ਹਿਓ ਉਹਦਾ ਪਹਿਲਾ ਬਾਪ ਜਿਹੜਾ ਨਾ ਮੌਲਾ ਲੁਧਿਆਣੇ ਨੂੰ ਨਹਿਜੁਲ ਬਲਾਗਾ ਜਿਹੜਾ ਸ਼ਰਤ ਦਾ ਤਾਂ ਕਲਾਮ ਹੀ ਨਹੀਂ ਹੋ ਸਕਦਾ ਵੈਕਸੀਨ ਬਾਅਦ ਮੈਂ ਘੁੰਮੀ ਸਕੂਲ ਪੜ੍ਹਨਾ ਸਾ ਤੇ ਲੁੰਡਾ ਫਾਟਕ ਮਿਆਣਾਪੁਰਾ ਅਗਲਾ ਮਿਆਣਾਪੁਰਾ ਨੀ ਉੱਥੇ ਸਾਡੀ ਰਿਹਾਇਸ਼ ਸੀ ਤੇ ਮੈਂ ਜਦੋਂ ਸਰਦੀਆਂ ਪੈਦਲ ਜਾਣਾ ਸੀ ਸਾਈਕਲ ਲਿਆ ਸੀ ਫਿਰ ਵੀ ਮੈਂ ਪੈਦਲ ਜਾਣ ਦਾ ਸ਼ੌਕ ਸੀ ਸਟੇਸ਼ਨ ਦੇ ਸਾਹਮਣੇ ਗਲੇ 'ਚ ਘੁੰਮੀ ਆਈ ਸਕੂਲ ਫਿਰ ਅਸੀਂ ਨਾ ਕਗਾਨ ਨਰਾਂ ਟੁੱਟ ਗਏ ਉਸ ਦੌਰ 'ਚ ਸਾਨੂੰ ਘਰ ਜੀਪ ਵਾਲਿਆਂ ਨੇ ਪਤਾ ਨਹੀਂ ਕਿੰਨੇ ਪੈਸੇ ਮੰਗੇ ਅਤੇ 14 ਕਿਲੋਮੀਟਰ ਨਾ ਨਰਾਂ ਤੋਂ ਜੀਪ ਸੈਫਰ ਅਸੀਂ 5 ਮੁੰਡੇ ਅਸੀਂ ਪੈਦਲ ਜਾਣਾ ਬਾਰਾ ਅਸੀਂ ਸਵੇਰ ਸਵੇਰੇ ਟੁਰੇ ਬੇਵਕੂਫੀ ਕੀਤੀ ਅਸਰ ਦੇ ਟਾਈਮ ਨਾਲ ਅਸੀਂ ਚੜ੍ਹ ਗਏ ਝੀਲ ਜਲ ਫਿਰ ਰਾਤ ਉੱਥੇ ਹੀ ਫਿਰ ਅਗਲੇ ਦਿਨ ਸਵੇਰੇ ਉਤਰਨਾ ਸੁੱਖ ਹੈ ਕੰਮ ਜਾਣਾ ਜਾਓ ਹਾਂ ਇਹਨਾਂ ਮੁੰਡਿਆਂ ਨੂੰ ਕਹੋ ਕਿ ਇੱਥੋਂ ਜਾ ਯਾਰ ਦਬੁਰਜੀ ਜਾ ਐਸਟਰ ਇਹ ਕਹਿਣਗੇ ਮਰਨਾ ਗੇ ਜਾ ਕੇ ਨਹੀਂ ਕਰੀਏ ਠੰਡਕ ਹੋ ਗਈ ਨਾ ਫਿਰ ਤੁਹਾਨੂੰ ਨੀਂਦਰ ਵੀ ਆਏਗੀ ਜੇ ਤੂੰ ਬੰਦੇ ਨੂੰ ਕਬਜ਼ ਰਹੇ ਸਰ ਉਹਦੀ ਕਬਜ਼ ਨਾ ਜਾਂਦੀ ਹੋਏ ਬੱਚਾ ਹੋਏ ਵੱਡਾ ਹੋਏ ਬਦਾਮ ਰੋਗ ਲੈ ਲੈਣਾ ਉਹਦੀ ਨਾਪਸ ਵੀ ਪਾਉਣਾ ਠੀਕ ਹੈ ਸਰ ਜਨਾਬ ਅੱਧੀ ਕੁ ਚਮਚ ਦੁੱਧ 'ਚ ਪਾ ਕੇ ਭੁਲਾ ਹਟਣਾ ਮਿਰਚਾਂ ਲੈਣੀਆਂ ਲਾਲ ਬੂੰਡੀ ਵਾਲੀਆਂ ਸਰ ਉਹਨੂੰ ਸ਼ੀਸ਼ੀ 'ਚ ਪਾੜੋ ਸਵੇਰੇ ਦੋ ਇੱਧਰੋਂ ਦੋ ਇੱਧਰੋਂ ਤਿੰਨਾਂ ਦਿਨਾਂ ਬਾਅਦ ਤੁਹਾਡਾ ਮਸੂਰ ਟੈਟ ਟੈਟ ਲੋਹਾ ਜੋ ਮਰਜ਼ੀ ਦੇ ਖਾਓ ਉਹਨੂੰ ਰੋਜ਼ਮਰਾ ਦੀ ਜ਼ਿੰਦਗੀ 'ਚ ਇਸਤੇਮਾਲ ਕਰ ਲਓ ਇਹ ਮਤਲਬ ਸਾਹਿਬ ਤੁਸੀਂ ਜਿਹੜਾ ਫਾਲਤੂ ਟਾਈਮ ਹੁੰਦਾ ਹੈ ਟਾਈਮ ਤੋਂ ਫਾਲਤੂ ਕਿਸੇ ਕੋਲ ਨਹੀਂ ਹੁੰਦਾ ਚਲੋ ਅਤੇ ਮਤਲਬ ਫਿਰ ਤੁਹਾਡਾ ਸ਼ੌਕ ਹੀ ਆ ਤੁਸੀਂ ਪੜ੍ਹਦੇ ਜਾਂਦੇ ਹੋ ਦੇਖੋ ਅੱਜ ਸਾਹਿਬ ਜੀ ਤੂੰ ਤੁਹਾਨੂੰ ਸ਼ੱਕੋ ਨਹੀਂ ਆਉਂਦਾ ਨਾ ਕਿ ਇਹ ਚੀਜ਼ ਦੇ ਨਾਲ ਹਾਂਜੀ ਜਦੋਂ ਤੁਹਾਨੂੰ ਰਾਬਤਾ ਕਿ ਇਹ ਅਸਤੀ ਨਾਲ ਹੀ ਆ ਰਿਹਾ ਨਾ ਫਿਰ ਮਾਲਕ ਕਰਮ